पंजाब में नशा तेजी से बढ़ रहा है, जिसके चलते शिवसेना पंजाब प्रधान योगराज शर्मा ने कहा कि जब पंजाब में कांग्रेस सरकार आई थी, पंजाब के मुख्यमंत्री कैप्टन अमरिंदर सिंह ने कहा था कि पंजाब के नशे को 4 हफ्तों में ख़त्म कर देंगे, लेकिन आए दिन नशे के कारण नौजवानों की मौत हो रही है। अगर प्रदेश सरकार नशे को ख़त्म नहीं कर सकती तो शिवसेना की इकाई अपने दम पर पंजाब में नशे पर विराम लगाने को तैयार है। ਜਿਹੜਾ ਕਿ ਪੰਜਾਬ ਦੇ ਅੰਦਰ ਪੰਜਾਬ ਦੀ ਨੌਜਵਾਨਾਂ ਨਾਲ ਕੀਤਾ ਕਿ ਮੈਂ 15 ਦਿਨਾਂ ਦੇ ਅੰਦਰ ਅੰਦਰ ਪੰਜਾਬ ਨੂੰ ਨਸ਼ੇ ਤੋਂ ਮੁਕਤ ਕਰਾਂਗਾ। ਪੰਜਾਬ 'ਚੋਂ ਨਸ਼ਾ ਮੁਕਤ ਹੋਣਾ ਤਾਂ ਦੂਰ ਦੀ ਗੱਲ ਹੈ। ਅੱਜ ਪੰਜਾਬ ਦੇ ਅੰਦਰ ਨਸ਼ੇ ਦੇ ਨਾਲ ਪੰਜਾਬ ਦੀ ਨੌਜਵਾਨ ਕਿੰਨੇ ਮਰ ਰਹੇ ਨੇ ਔਰ ਸਰਕਾਰ ਦੀ ਕੰਨ 'ਤੇ ਜੂਣੀ ਰਿੰਗ ਰਹੀ। ਮੈਂ ਪੂਰੇ ਪੰਜਾਬ ਦੀ ਜਿੱਥੇ ਗੱਲ ਕਰਦਾ ਉੱਥੇ ਪਠਾਨਕੋਟ ਦੇ ਅੰਦਰ ਪਿਛਲੇ 7 ਦਿਨਾਂ ਦੇ ਅੰਦਰ 15 ਨੌਜਵਾਨ ਉਹਨਾਂ ਮੈਂ ਤੇ ਕਵਾਂਗਾ ਕਿ ਉਹ ਮ੍ਰਿਤੂ ਨੂੰ ਪ੍ਰਾਪਤ ਨਹੀਂ ਹੋਏ ਸਰਕਾਰ ਦੀਆਂ ਗਲਤ ਨੀਤੀਆਂ ਦੇ ਕਾਰਨ, ਪ੍ਰਸ਼ਾਸਨ ਔਰ ਸਰਕਾਰ ਦੀ ਮਿਲੀ ਭਗਤ ਦੇ ਕਾਰਨ ਉਹਨਾਂ ਮਾਵਾਂ ਨੇ ਆਪਣੇ ਪੁੱਤਰਾਂ ਨੂੰ ਖੋਇਆ। ਇਹਨਾਂ ਉਹਨਾਂ ਦੀ ਮੌਤ ਨਹੀਂ ਹੋਈ, ਉਹਨਾਂ ਦੀ ਹਥਿਆਰੀ ਹੈ ਕਾਂਗਰਸ ਸਰਕਾਰ ਹੈ ਔਰ ਇਹ ਹੱਤਿਆ ਜਿਹੜੀਆਂ ਹੋ ਰਹੀਆਂ ਇਹ ਫੌਰੀ ਤੌਰ 'ਤੇ ਬੰਦ ਹੋਣੀਆਂ ਚਾਹੀਦੀਆਂ। ਅੱਛਾ ਫੈਸਲਾ ਹੈ ਅਗਰ ਕੈਪਟਨ ਸਾਹਿਬ ਨੇ ਇਹ ਕੀਤਾ ਤਾਂ, ਪਰ ਇਹ ਲਾਗੂ ਕੀਤਾ ਜਾਏ ਨਾ, ਤੁਸੀਂ ਅਖਬਾਰ 'ਚ ਦੇਖ ਰਹੇ ਹੋ ਹਰ ਰੋਜ਼ ਇੱਕ ਆਦਮੀ ਇਸ ਪੰਜਾਬ 'ਚ ਓਵਰਡੋਜ਼ ਨਸ਼ੇ ਦੀ ਲੈਣ ਨਾਲ ਮਰ ਰਿਹਾ, ਔਰ ਅੱਜ ਅਖਬਾਰ 'ਚ ਸੀਗਾ ਕਿ ਵੀ 27 ਆਦਮੀ 1 ਮਹੀਨੇ 'ਚ ਮਰ ਗਿਆ। ਨਸ਼ਾ ਸਾਰੇ ਪੰਜਾਬ ਦੇ ਗੱਭਰੂਆਂ ਨੂੰ ਤਬਾਹ ਕਰ ਰਿਹਾ, ਔਰ ਇਹ ਸਾਜਿਸ਼ ਪੁਲਿਸ ਦੀ ਵੀ ਹੈ, ਪਾਕਿਸਤਾਨ ਦੀ ਵੀ ਹੈ, ਔਰ ਵਿਦੇਸ਼ੀ ਤਾਕਤਾਂ ਦੀ ਵੀ ਹੈ। ਔਰ ਜੇ ਕੈਪਟਨ ਸਾਹਿਬ ਨੇ ਇਹ ਫੈਸਲਾ ਕੀਤਾ ਕਿ ਮੌਤ ਦੇ ਸੌਦਾਗਰ ਜਿਹੜੇ ਨੇ ਨਸ਼ਾ ਵੇਚਣ ਵਾਲੇ ਨੇ ਇਹਨਾਂ ਨੂੰ ਮੌਤ ਦੀ ਸਜ਼ਾ ਦੇਣੀ, ਤਾਂ ਬਹੁਤ ਅੱਛਾ ਫੈਸਲਾ, ਵੀ ਐਪਰੀਸ਼ੀਏਟਿਡ, ਪਰ ਇਹਨੂੰ ਲਾਗੂ ਕੀਤਾ ਜਾਵੇ। ਕੇਂਦਰ ਸਰਕਾਰ ਵੀ ਦੁਖੀ ਹੈ, ਪੰਜਾਬ ਸਰਕਾਰ ਵੀ ਦੁਖੀ ਹੈ, ਸਮਾਜ ਵੀ ਦੁਖੀ ਹੈਗਾ। ਇਸ ਨਸ਼ੇ ਤੋਂ ਨਿਜਾਤ ਦਿਲਾਉਣ ਵਾਸਤੇ ਹਰ ਪ੍ਰਯਤਨ ਕੀਤਾ ਜਾਣਾ ਚਾਹੀਦਾ, ਪੰਜਾਬ ਦੇ ਗੱਭਰੂ ਨੂੰ ਬਚਾਇਆ ਜਾਣਾ ਚਾਹੀਦਾ। ਦੇਖੋ, ਮੈਂ ਤਾਂ ਕੈਪਟਨ ਸਰਕਾਰ ਨੂੰ ਪਹਿਲੇ ਇਹ ਗੱਲ ਕਹਿਣਾ ਚਾਹੁੰਦੀ ਹਾਂ ਕਿ ਇਹ 1.5 ਸਾਲ ਹੋ ਗਿਆ ਉਹਨਾਂ ਨੂੰ ਬਣੇ ਹੋਏ ਆ, ਅੱਜ ਉਹ ਇਸ ਤਰ੍ਹਾਂ ਦੇ ਫੈਸਲੇ ਲੈ ਰਹੇ ਨੇ, ਲੇਕਿਨ 1.5 ਸਾਲ ਦਾ ਜੋ ਉਹਨਾਂ ਨੇ ਕਾਰਿਆਕਾਲ ਕੀਤਾ ਹੈ ਔਰ ਜਦੋਂ ਵੋਟਾਂ ਲਈਆਂ ਲੋਕਾਂ ਕੋਲੋਂ ਔਰ ਉਹਦੇ ਵਿੱਚ ਕਿਹਾ ਗਿਆ ਕਿ ਮੈਂ 4 ਹਫ਼ਤਿਆਂ ਵਿੱਚ ਨਸ਼ਾ ਖਤਮ ਕਰਾਂਗਾ, 1.5 ਸਾਲ ਦਾ ਹਿਸਾਬ ਦੇਣ ਜਨਤਾ ਨੂੰ, ਪੂਰੇ ਪੰਜਾਬ ਦੇ ਲੋਕਾਂ ਨੂੰ। ਉਸ ਤੋਂ ਬਾਅਦ ਜਿਹੜਾ ਕੋਈ ਡਿਸੀਜਨ ਲੈਂਦੇ ਆ ਅਤੇ ਉਹ ਡਿਸੀਜਨ ਜੇ ਉਹਦਾ ਮੰਨਣ ਦੇ ਕਾਬਿਲ ਹੋਏਗਾ ਤਾਂ ਉਹ ਮੰਨਾਂਗੇ ਆਪਾਂ, ਲੇਕਿਨ ਸਭ ਤੋਂ ਪਹਿਲਾਂ ਤਾਂ ਉਹ ਜਿਹੜਾ ਨਸ਼ਾ ਹੈ, 1.5 ਸਾਲ ਵਿੱਚ ਬਹੁਤ ਸਾਰੀਆਂ ਮੌਤਾਂ ਹੋ ਗਈਆਂ, ਪਹਿਲੇ ਕੈਪਟਨ ਸਰਕਾਰ ਜਿਹੜਾ ਉਹਦਾ ਹਿਸਾਬ ਦੇ। पठानकोट से तेलका एयरलाइंस के लिए मुकेश कुमार की रिपोर्ट। अगर आपको हमारी वीडियो पसंद आई तो आप हमें सब्सक्राइब भी कर सकते हैं। हमारे चैनल का नाम है तेलका हेडलाइन न्यूज और आप हमें फीडबैक भी दे सकते हैं। हमारी मेल आईडी है telkaheadlines.in@gmail.com। अब आप हमें फेसबुक और ट्विटर पर भी लाइक कर सकते हैं।